ਇਹ ਗੱਲ ਕਹਿੰਦੇ ਨੇ ਕਿ ਸਾਡੇ ਪਿੰਡ ਦਾ ਨਾਮ ਕਦੇ ਮਾਣਕ ਖਾਨਾ ਟਿਕਟ ਤੇ ਵੀ ਨਹੀਂ ਆਉਂਦਾ ਸੀ, ਜੋ ਬੱਸ ਦੀਆਂ ਟਿਕਟਾਂ ਹੁੰਦੀਆਂ ਨੇ। ਤਾਂ ਵੀ ਅੱਜ ਇੱਕ ਮਤਲਬ ਬਾਹਰ ਵੀ ਲੋਕ ਜਾਣਦੇ ਆ ਕਿ ਇੱਕ ਛੋਟਾ ਜਿਹਾ ਪਿੰਡ ਆ ਮਾਣਕ ਖਾਨਾ, ਤੋ ਇਹਨਾਂ ਕੰਮਾਂ ਕਰਕੇ ਜਾਣਿਆ ਜਾ ਰਿਹਾ। ਮੇਰਾ ਨਾਮ ਸੈਸ਼ਨਦੀਪ ਕੌਰ ਹੈ ਔਰ ਮਾਣਕ ਖਾਨਾ ਪਿੰਡ ਬਲਾਕ ਮੌੜ ਡਿਸਟ੍ਰਿਕਟ ਬਠਿੰਡਾ। ਮੈਂ ਆਪਣੀ BSc ਐਗਰੀਕਲਚਰ ਕੀਤੀ ਹੋਈ ਹੈ। ਉਸ ਤੋਂ ਬਾਅਦ ਅਚਾਨਕ ਹੀ ਜ਼ਿੰਦਗੀ 'ਚ ਇੱਕ ਮੋੜ ਆਇਆ ਕਿ ਸਰਪੰਚੀ ਦੀਆਂ ਇਲੈਕਸ਼ਨਸ ਆਈਆਂ। ਫਿਰ ਕਦੇ ਸੋਚਿਆ ਨਹੀਂ ਸੀ ਇੱਧਰ ਆਉਣਾ, ਪਰ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਬਣ ਕੇ ਹੁਣ ਪਿੰਡ ਦੀ ਸੇਵਾ ਨਿਭਾ ਰਹੀ। ਨਵਾਂ ਇਹ ਕੀਤਾ, ਸਭ ਤੋਂ ਪਹਿਲਾਂ ਅਸੀਂ ਲਾਇਬ੍ਰੇਰੀ ਬਣਾਈ ਆਪਣੇ ਪਿੰਡ ਦੇ ਵਿੱਚ, ਜਿਸ ਦਾ ਨਾਮ ਅਸੀਂ ਅਮਰਤਾ ਪ੍ਰੀਤਮ ਯਾਦਗਾਰੀ ਲਾਇਬ੍ਰੇਰੀ ਰੱਖਿਆ ਹੈ। ਐਂਡ ਇਸ ਦੇ ਵਿੱਚ ਵੀ ਸਪੈਸ਼ਲ ਇਹ ਹੈ ਕਿ ਇਸ ਨੂੰ ਇੱਕ ਔਰਤਾਂ ਦੀ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਤੇ ਉਹਨਾਂ ਨੂੰ ਕੁਝ ਪੇ ਨਹੀਂ ਕੀਤਾ ਜਾਂਦਾ, ਉਹਨਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਆਪਣੇ ਪਿੰਡ ਦੇ ਵਿੱਚ ਪਾਰਕ ਬਣਾਇਆ ਹੈ ਜਿਸ ਦੇ ਵਿੱਚ ਝੂਲੇ ਲਾਏ ਆ, ਬੈਠਣ ਲਈ ਜਗ੍ਹਾ, ਸੋਲਰ ਲਾਈਟਸ ਵਗੈਰਾ ਲਗਾਈਆਂ। ਐਂਡ ਇੱਕ ਔਰਤਾਂ ਦੇ ਲਈ ਅਸੀਂ ਸੈਲਫ ਹੈਲਪ ਗਰੁੱਪਸ ਬਣਾਏ ਨੇ ਔਰ ਉਹਨਾਂ ਦੇ ਹੋਰ ਜਿਹੜਾ ਮਤਲਬ ਪੱਧਰ ਉੱਪਰ ਚੁੱਕਣ ਦੇ ਲਈ ਜਾਂ ਉਹਨਾਂ ਦੇ ਸਮਾਜ ਦੇ ਵਿੱਚ ਇੱਜ਼ਤ ਨੂੰ ਹੋਰ ਵਧਾਉਣ ਦੇ ਲਈ, ਲੋਕਾਂ ਨੂੰ ਉਹਨਾਂ ਦੀ ਮਹੱਤਤਾ ਦੱਸਣ ਦੇ ਲਈ ਅਸੀਂ ਆਪਣੇ ਪਿੰਡ ਦੇ ਵਿੱਚ ਨੇਮ ਪਲੇਟਸ ਜੋ ਔਰਤਾਂ ਦੇ ਨਾਮ ਤੇ ਲਗਾ ਰਹੇ ਹਾਂ, ਜੋ ਸਾਡੀ ਸੀਨੀਅਰ ਹੁੰਦੀ ਹੈ ਫੈਮਿਲੀ। ਔਰ 30-35 ਕੰਪਲੀਟ ਕੀਤੇ ਨੇ, ਮਤਲਬ ਹੁਣ ਅਸੀਂ ਸਾਰੇ ਕੰਪਲੀਟ ਕਰ ਦੇਵਾਂਗੇ। ਦੂਸਰਾ, ਅਸੀਂ ਆਪਣੇ ਪਿੰਡ ਦੇ ਪੱਧਰ ਤੇ ਹੀ ਇੱਕ ਸ਼ਗਨ ਸਕੀਮ ਚਲਾਈ ਹੈ ਜਿਸ ਦੇ ਵਿੱਚ 11 ਮੈਂਬਰੀ ਕਮੇਟੀ ਹੈ ਔਰ ਉਹਨਾਂ ਤੋਂ ਅਸੀਂ ਪੈਸੇ ਇਕੱਠੇ ਕਰਕੇ ਜੋ ਵੀ ਗਰੀਬ ਪਰਿਵਾਰ ਦੇ ਵਿੱਚ ਬੇਟੀ ਜਨਮ ਲੈਂਦੀ ਹੈ ਉਹਨਾਂ ਨੂੰ ਦਿੰਨੇ ਹਾਂ 1100 ਰੁਪਏ, ਔਰ ਅਗਰ ਉਹਨਾਂ ਦਾ ਵਿਆਹ ਹੁੰਦਾ ਤਾਂ ਉਹਨਾਂ ਨੂੰ ਅਸੀਂ 5500 ਰੁਪਏ ਦਿੰਨੇ। ਅਸੀਂ ਆਪਣੇ ਪਿੰਡ ਦੇ ਵਿੱਚ ਗ੍ਰਾਮ ਸਭਾ ਹੈਗੀ ਜਿਹੜੀ ਹਕੀਕੀ ਤੌਰ ਤੇ ਕਰਵਾਉਣੀ ਹੈਗੀ ਆ ਕਿ ਗ੍ਰਾਮ ਸਭਾ ਸਿਰਫ ਕਾਗਜ਼ੀ ਨਾ ਹੋਵੇ, ਉੱਥੇ ਲੋਕ ਆਉਣ ਤੇ ਲੋਕ ਆਪਣੇ ਵਿਚਾਰ ਵੀ ਇੱਥੋਂ ਪੇਸ਼ ਕਰਨ ਕਿ ਸਰਪੰਚ ਨੂੰ ਕਿੰਨਾ ਦੇ ਉੱਪਰ ਕੰਮ ਕਰਨਾ ਚਾਹੀਦਾ ਹੈਗਾ ਜਾਂ ਪੰਚਾਇਤ ਨੂੰ ਕੀ ਅੱਗੇ ਜਿਹੜੇ ਆ ਸਟੈਪਸ ਲੈਣੇ ਚਾਹੀਦੇ ਆ। 2 ਸਾਡੇ ਹੋਰ ਮੇਨ ਪ੍ਰੋਜੈਕਟਸ ਵੀ ਚੱਲਦੇ ਨੇ, ਇੱਕ ਸੋਲਿਡ ਵੇਸਟ ਮੈਨੇਜਮੈਂਟ, ਇੱਕ ਲਿਕੁਇਡ ਵੇਸਟ ਮੈਨੇਜਮੈਂਟ। ਮਤਲਬ ਤੁਹਾਡੇ ਪਿੰਡ ਦੇ ਵਿੱਚ ਵੈਕਸੀਨ ਔਰ ਟੈਸਟਿੰਗ ਪ੍ਰੋਪਰ ਤੁਸੀਂ ਕਰਵਾ ਰਹੇ ਹੋ? ਹਾਂਜੀ ਬਿਲਕੁਲ, ਕਿਉਂਕਿ ਇਹੀ ਇਸ ਵਕਤ ਸੋਲਿਊਸ਼ਨ ਹੈ ਸਾਡੇ ਕੋਲੇ, ਸਿਰਫ ਕੋਵਿਡ ਦਾ ਨਹੀਂ, ਈਵਨ ਹੁਣ ਅਸੀਂ ਉਹਨਾਂ ਨੂੰ ਬਲੈਕ ਫੰਗਸ ਦੇ ਲਈ ਵੀ ਜਿਹੜਾ ਜਾਗਰੂਕ ਕਰ ਰਿਹਾ। ਗੱਡੀ ਵੀ ਚਲਾਉਂਦੀਆਂ ਨੇ ਨਾ ਲੜਕੀਆਂ, ਤਾਂ ਇਹ ਕਹਿ ਦਿੱਤਾ ਜਾਂਦਾ ਕਿ ਉਹ ਪਾਸੇ ਕਰ ਲਓ, ਕੁੜੀ ਗੱਡੀ ਲਈ ਆਉਂਦੀ ਹੈ, ਠੀਕ ਹੈ, ਜਾਂ ਕਹਿ ਦਿੱਤਾ ਜਾਂਦਾ ਕੁੜੀਆਂ ਦੀ ਤਾਂ ਗੁੱਤ ਪਿੱਛੇ ਮੱਤ ਹੁੰਦੀ। ਇਹੋ ਜਿਹੀਆਂ ਚੀਜ਼ਾਂ ਅਕਸਰ ਹੈ ਜੋ ਔਰਤਾਂ ਲਈ ਵਰਤੀਆਂ ਜਾਂਦੀਆਂ ਨੇ, ਜੋ ਕਿ ਮੈਨੂੰ ਬਹੁਤ ਬੁਰੀਆਂ ਲੱਗਦੀਆਂ ਨੇ, ਤੇ ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਔਰਤਾਂ ਦੇ ਪ੍ਰਤੀ ਹੈ ਜੋ ਉਹਨਾਂ ਦੀ ਮਹੱਤਤਾ ਹੈ ਕਿ ਇਹ ਸੰਸਾਰ ਉਹਨਾਂ ਬਿਨਾਂ ਨਹੀਂ ਚੱਲ ਸਕਦਾ, ਉਹਨਾਂ ਦੀ ਕੀ ਇੰਪੋਰਟੈਂਸ ਹੈ ਸਾਡੀ ਲਾਈਫ ਦੇ ਵਿੱਚ, ਉਹਦੇ ਬਾਰੇ ਉਹ ਸਮਝਣ। ਜੇ ਕੋਈ ਕਿਸੇ ਨੇ ਗੱਲ ਕਰਨੀ ਹੈ, ਉਹ ਮੈਨੂੰ ਆ ਕੇ ਕਹਿਣਗੇ ਸਰਪੰਚ ਕਿੱਥੇ ਹੈ। ਮਤਲਬ ਹਲੇ ਵੀ ਲੋਕ ਹੈ ਜੋ ਮੈਨੂੰ ਸਰਪੰਚ ਨਾ ਮੰਨਦੇ ਹੋਏ, ਮਤਲਬ ਮੇਰੇ ਪਾਪਾ ਨੂੰ ਉਹ ਕਰਦੇ, ਤਾਂ ਮੈਂ ਉਹਨਾਂ ਨੂੰ ਦੱਸਦੀ ਹਾਂ ਕਿ ਸਰਪੰਚ ਮੈਂ ਆ, ਤੁਸੀਂ ਮੇਰੇ ਨਾਲ ਗੱਲ ਕਰੋ। ਜਦੋਂ ਮੈਂ ਨਵੀਂ ਸਰਪੰਚ ਬਣੀ ਸੀ ਉਦੋਂ ਮੈਨੂੰ ਜ਼ਿਆਦਾ ਫੇਸ ਕਰਨਾ ਪਿਆ, ਪਰ ਹੁਣ ਇਹ ਚੀਜ਼ ਬਿਲਕੁਲ ਨਹੀਂ ਆ, ਹੁਣ ਲੋਕ ਆ ਕੇ ਸਿੱਧਾ ਮੇਰੇ ਨਾਲ ਵੀ ਗੱਲਬਾਤ ਕਰਦੇ ਨੇ। ਵਾਲ ਪੇਂਟਿੰਗਸ ਦੇ ਥਰੂ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਹਾਂ, ਉਹਨਾਂ ਦੇ ਦਿਮਾਗ ਦੇ ਵਿੱਚ, ਹੋ ਸਕਦਾ ਕਿ ਕੱਲ੍ਹ ਨੂੰ ਕਿਸੇ ਬੱਚੇ ਦੇ ਦਿਮਾਗ ਦੇ ਵਿੱਚ ਇਹ ਗੱਲ ਆਵੇ ਕਿ ਹਾਂਜੀ ਆਪਾਂ ਨੂੰ ਇੱਦਾਂ ਕਰਨਾ ਚਾਹੀਦਾ, ਆਪਾਂ ਪਾਣੀ ਦਾ ਬਚਾਅ ਇੱਦਾਂ ਕਰ ਸਕਦੇ ਹਾਂ, ਜਾਂ ਜਿਹੜੀਆਂ ਲੜਕੀਆਂ ਨੇ ਉਹ ਮਤਲਬ ਆਪਣੀ ਪੜ੍ਹਾਈ ਪੂਰੀ ਕਰਨ, ਨਾ ਕਿ ਉਹਨਾਂ ਪੜ੍ਹਾਈ ਤੋਂ ਪਹਿਲੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਵੇ, ਔਰ ਸਿਰਫ ਇਹ ਨਾ ਸੋਚਿਆ ਜਾਵੇ ਕਿ ਲੜਕੀ ਹੋ ਗਈ ਆ ਤੇ ਇਹਦਾ ਵਿਆਹ ਕਰਨਾ ਪਊ, ਬਲਕਿ ਇਹ ਸੋਚਣ ਕਿ ਲੜਕੀ ਹੈ ਇਸ ਨੂੰ ਅਸੀਂ ਕੁਛ ਬਣਾਈਏ, ਤਾਂ ਕਿ ਕੱਲ ਨੂੰ ਜੇ ਵਿਆਹ ਵੀ ਹੁੰਦਾ ਕਿ ਹੋ ਸਕਦਾ ਉਹ ਤੋਂ ਬਾਅਦ ਵੀ ਕੋਈ ਪ੍ਰੋਬਲਮ ਆਵੇ, ਤੇ ਜੇਕਰ ਉਹ ਕੈਪੇਬਲ ਹੋਵੇਗੀ ਤਾਂ ਆਪਣੀਆਂ ਪ੍ਰੋਬਲਮਸ ਨਾਲ ਵੀ ਨਜਿੱਠ ਪਾਵੇਗੀ। ਅਕਸਰ ਔਰਤਾਂ ਨੂੰ ਸਹਿਣਾ ਪੈਂਦਾ ਇਸ ਕਰਕੇ ਕਿਉਂਕਿ ਉਹ ਕਮਾਉਂਦੀਆਂ ਨਹੀਂ, ਤੇ ਜੇਕਰ ਉਹ ਕਮਾਉਂਦੀਆਂ ਹੋਣਗੀਆਂ, ਆਪਣੇ ਪੈਰਾਂ ਸਿਰ ਖੜੀਆਂ ਹੋਣਗੀਆਂ, ਤਾਂ ਉਹਨਾਂ ਨੂੰ ਇਹ ਜਿਹੀਆਂ ਪ੍ਰੋਬਲਮਸ ਨਹੀਂ ਆਉਣਗੀਆਂ।